ਮੈਂ ਤੁਹਾਨੂੰ ਕਹਿੰਦਾ ਸੀ 32 ਦੰਦ ਨੇ ਮੈਥੋਂ ਨਾ ਕਾਇਆ ਕਰੋ ਕੁਝ ਵੱਡੇ ਵੱਲ ਸਭ ਹਾਰ ਗਏ ਸੁਖਵੀਰ ਜਲਾਲਾਬਾਦ ਤੋਂ ਗਿਆ ਕੈਪਟਨ ਸਾਹਿਬ ਪਟਿਆਲੇ ਤੋਂ ਹਾਰ ਗਏ ਸਿੱਧੂ ਤੇ ਮਜੀਠੀਆ ਦੋਨੇ ਹਾਰ ਰਹੇ ਨੇ ਚੰਨੀ ਸਾਹਿਬ ਦੋਨੇ ਸੀਟਾਂ ਤੋਂ ਹਾਰ ਗਏ ਲਿਖ ਕੇ ਦਿੱਤਾ ਸੀ ਨਾ ਕੇਦਰੀਵਾਲ ਸਾਹਿਬ ਦੇ ਵੀ 32 ਨੇ 64 ਹੋ ਗਏ ਦੋਨਾਂ ਦੇ ਪਹਿਲਾ ਪੰਜਾਬ ਮੋਤੀ ਮਹਿਲਾਂ ਤੋਂ ਚੱਲਦਾ ਸੀ ਸਿਸਮਾ ਵਾਲੇ ਮਹਿਲਾਂ ਚੋਂ ਚੱਲਦਾ ਸੀ ਵੱਡੇ 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 ਦਰਵਾਜੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਵਾਲੇ ਘਰਾਂ ਚੋਂ ਚੱਲਦਾ ਸੀ ਪਰ ਅੱਜ ਤੋਂ ਬਾਅਦ ਪੰਜਾਬ ਪਿੰਡਾਂ ਚੋਂ ਚੱਲੂਗਾ ਬਾੜਾਂ ਚੋਂ ਚੱਲੂਗਾ ਮੁਹੱਲਿਆਂ ਚੋਂ ਚੱਲੂਗਾ ਸ਼ਹਿਰਾਂ ਚੋਂ ਚੱਲੂਗਾ ਪੰਜਾਬ ਤੁਹਾਡਾ ਅਸੀਂ ਕੋਈ ਰਿਸਟਰੀ ਨਹੀਂ ਕਰਾਈ ਇਹਨਾਂ ਦੇ ਨਾਮ ਪੰਜਾਬ ਤੁਹਾਡਾ ਅੱਜ ਮੈਂ ਤੁਹਾਨੂੰ ਕਹਿੰਦਾ ਸੀ 32 ਦੰਦ ਨੇ ਮੱਥੋਂ ਨਾ ਕਾਇਆ ਕਰੋ ਕੁਛ ਵੱਡੇ ਵੱਲ ਸਭ ਹਾਰ ਗਏ ਸੁਖਵੀਰ ਜਲਾਲਾਵਾਦ ਤੋਂ ਗਿਆ ਆਦੇਸ਼ ਪ੍ਰਤਾਪ ਕਹਿ ਰੋਂ ਪੱਟੀ ਤੋਂ ਹਾਰ ਗਿਆ ਕੈਪਟਨ ਸਾਹਿਬ ਪਟਿਆਲੇ ਤੋਂ ਹਾਰ ਗਏ ਸਿੱਧੂ ਤੇ ਮਜੀਠੀਆ ਦੋਨੇ ਹਾਰ ਰਹੇ ਨੇ ਚੰਨੀ ਸਾਹਿਬ ਦੋਨੇ ਸੀਟਾਂ ਦੋਹਾਰ ਗਏ ਲਿਖ ਕੇ ਦਿੱਤਾ ਸੀ ਨਾ ਕੇਦਰੀਵਾਲ ਸਾਹਿਬ ਦੇ ਵੀ 32 ਨੇ 64 ਹੋ ਗਏ ਦੋਨਾਂ ਦੇ ਸੋ ਵੀਰੋ ਜਦੋਂ ਸੱਚੀਆਂ ਨੀਤਾਂ ਹੋਣ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਸੋ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਹੈਗਾ ਹੀ ਐ ਜਿਨ੍ਹਾਂ ਨੇ ਆਮਾਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ ਉਹ ਇਸ ਗੱਲੋਂ ਕਦੇ ਵੀ ਆਪਦੇ ਮਨ 'ਚ ਡਰਨਾ ਰੱਖਣ ਕਿ ਅਸੀਂ ਵੋਟਾਂ ਨਹੀਂ ਪਾਈਆਂ ਇਹ ਸਾਡੀ ਸਰਕਾਰ ਨਹੀਂ ਹੈਗੀ ਮੁੱਖ ਮੰਤਰੀ ਸਾਰੇ ਪੰਜਾਬ ਦਾ ਬਣੂਗਾ ਸਾਰੇ ਪੰਜਾਬ ਦਾ ਸੋ ਵੀਰੋ ਏ ਹੁਣ ਤੁਹਾਡੇ ਤੇ ਆ ਕਿਵੇਂ ਆਪਾਂ ਪੰਜਾਬ ਚਲਾਉਣਾ ਹੈ ਸਭ ਤੋਂ ਪਹਿਲਾਂ ਮੈਨੂੰ ਫਿਕਰ ਜਿਹੜਾ ਉਹ ਬੇਰਜ਼ਗਾਰੀ ਦਾ ਹੈ ਪਹਿਲੇ ਦਿਨ ਹੀ ਹਰੇ ਰੰਗ ਦਾ ਪੈਨ ਬੇਰਜ਼ਗਾਰੀ ਦੂਰ ਕਰਨ ਵਾਸਤੇ ਚੱਲੂਗਾ ਹੌਲੀ ਹੌਲੀ ਤੁਹਾਨੂੰ ਲੀਡਰਾਂ ਦੇ ਕਾਫਲਿਆਂ ਚੋਂ ਬਾਹਰ ਕੱਢਾਂਗੇ आप मोटरसाइकिल की भीड़ देख लें क्या इन्ने मोटरसाइकिल दो सौ मूहरे आ तीन सौ मोटरसाइकिल पीछे है मैं पत्रकार आया एक कहें जी कैसा लग रहा है दिल्ली तो आया से इतने मोटरसाइकिल यूथ के तुम्हारे आगे चल रहे हैं और इतने मोटरसाइकिल पीछे हैं कैसा लग रहा है मैंने कहा जी बहुत बुरा लग रहा है कहते ये कैसा जवाब है नेता लोग तो खुश होते हैं कि यूथ हमारे साथ है मैंने कहा जी मैं वो नेता नहीं हूँ जो बेरोज नौजवानों की भीड़ को देखकर खुश होऊंगा। मैंने कहा आज क्या दिन है कहता जी मंगलवार है मैंने कहा कितने बज गए कहता साढ़े बारह बज गए दिन के मैंने कहा वर्किंग डे है काम करने का दिन है ये मेरे साथ क्यों हैं? इसका मतलब ये बेरोज़गार हैं ये सैटरडे संडे को मेरे साथ आ जाते मुझे कोई दुख नहीं था मैंने ये भीड़ जो है ना सोमवार मंगलवार बुधवार वाली वो कम करनी है और के हाथों हाथाँच ਟੀਕੇ ਨੇ ਉਹ ਫਰਸਟ੍ਰੇਸ਼ਨ ਚ ਨੇ ਉਹ ਕੋਈ اچਾਂ ਨਾ ਕੋਈ ਨਸ਼ਾ ਕਰਦਾ ਉਹਨਾਂ ਨੂੰ ਕੁਝ ਦਿਖ ਹੀ ਨਹੀਂ ਰਿਹਾ ਨੌਜਵਾਨਾਂ ਦੇ ਹੱਥਾਂ ਚੋਂ ਟੀਕੇ ਖੋਕੇ ਟਿਫਨ ਫੜਾਵਾਂਗੇ ਕੰਮ ਤੇ ਜਾਓ ਸ਼ਾਮ ਨੂੰ ਆਪਣੇ ਪਰਿਵਾਰ ਚ ਘਰਿਆ ਕੇ ਰੋਟੀ ਖਾਓ